ਬਹੁਤ ਹੀ ਮਿੱਠ ਬੋਲੜੇ ਨਿੱਘੇ ਸੁਭਾਅ ਦੇ ਮਾਲਕ ਜਥੇਦਾਰ ਰਜਿੰਦਰ ਸਿੰਘ ਮੁੰਡੀਆਂ ਜੋ ਇਸ ਨਾਸ਼ਵਾਨ ਸੰਸਾਰ ਤੋਂ ਅਲਵਿਦਾ ਕਹਿ ਕਰਕੇ ਗੁਰੂ ਚਰਨਾਂ ਵਿੱਚ ਜਾ ਵਰਜ ਸਨ, ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਮੁੰਡੀਆਂ ਨੇੜੇ ਚਮਕੌਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸਮੇਂ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ। ਰਾਗੀ ਸਿੰਘਾਂ ਵੱਲੋਂ ਵਿਰਾਗਮਈ ਸ਼ਬਦਾਂ ਦੁਆਰਾ ਕੀਰਤਨ ਕਰਕੇ ਜ਼ਿੰਦਗੀ ਅਤੇ ਮੌਤ ਦੇ ਫਲਸਫੇ 'ਤੇ ਚਾਨਣਾ ਪਾਇਆ ਗਿਆ। ਐਸੋ ਹੀ ਮੈਂ ਬੀਠ ਐਸੋ ਹੀ ਜਥੇਦਾਰ ਰਜਿੰਦਰ ਸਿੰਘ ਮੁੰਡੀਆਂ ਦਾ ਜਨਮ 15 ਫਰਵਰੀ 1953 ਨੂੰ ਮਾਤਾ ਕਰਨੈਲ ਕੌਰ ਦੀ ਕੁੱਖੋਂ ਪਿਤਾ ਸਰਦਾਰ ਨਸੀਬ ਸਿੰਘ ਦੇ ਘਰ ਪਿੰਡ ਮੁੰਡੀਆਂ ਨੇੜੇ ਚਮਕੌਰ ਸਾਹਿਬ ਵਿਖੇ ਹੋਇਆ। ਸਰਦਾਰ ਰਜਿੰਦਰ ਸਿੰਘ ਮੁੰਡੀਆਂ ਨੇ ਆਪਣੀ ਮੁੱਢਲੀ ਵਿੱਦਿਆ ਸ੍ਰੀ ਚਮਕੌਰ ਸਾਹਿਬ ਦੇ ਖਾਲਸਾ ਸਕੂਲ ਅਤੇ ਬੀ ਏ ਰੂਪਨਗਰ ਦੇ ਸਰਕਾਰੀ ਕਾਲਜ ਤੋਂ ਕਰਨ ਉਪਰੰਤ ਆਪਣੀ ਖੇਤੀਬਾੜੀ ਧੰਦੇ ਵਿੱਚ ਲੱਗ ਗਏ। ਇਸ ਦੌਰਾਨ ਆਪ ਨੇ ਮਰਹੂਮ ਅਕਾਲੀ ਨੇਤਾ ਜਥੇਦਾਰ ਗੁਰਚਰਨ ਸਿੰਘ ਟੋਹੜਾ ਨਾਲ ਅਕਾਲੀ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਪਰ 1970 ਦੇ ਕਰੀਬ ਆਪ ਨੂੰ ਜਨਹਿਤ ਵਿਭਾਗ ਵਿੱਚ ਨੌਕਰੀ ਮਿਲ ਗਈ, ਜਿੱਥੇ ਆਪ ਨੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਂਦਿਆਂ ਮੁਲਾਜ਼ਮ ਜਥੇਬੰਦੀਆਂ ਦੀਆਂ ਸਰਗਰਮੀਆਂ 'ਚ ਵੀ ਸਰਗਰਮ ਹੋ ਗਏ ਅਤੇ ਥੋੜ੍ਹੇ ਸਮੇਂ ਦੌਰਾਨ ਹੀ ਆਪ ਚੰਗੇ ਮੁਲਾਜ਼ਮ ਆਗੂ ਵਜੋਂ ਜਾਣੇ ਜਾਣ ਲੱਗੇ। 20 ਵਰ੍ਹਿਆਂ ਦੀਆਂ ਸੇਵਾਵਾਂ ਦੇਣ ਤੋਂ ਬਾਅਦ ਆਪ 1997 ਵਿੱਚ ਸੇਵਾ ਮੁਕਤ ਹੋ ਗਏ ਅਤੇ ਮੁੜ ਅਕਾਲੀ ਸਿਆਸਤ 'ਚ ਸਰਗਰਮ ਹੋ ਗਏ। 2013 'ਚ ਆਪ ਅਕਾਲੀ ਦਲ ਵਜੋਂ ਸਾਮਤੀ ਮੈਂਬਰ ਚੁਣੇ ਗਏ ਅਤੇ ਆਪ ਤੋਂ ਪਹਿਲਾਂ ਆਪ ਦੇ ਪਿਤਾ ਸਰਦਾਰ ਨਸੀਬ ਸਿੰਘ ਵੀ ਪਿੰਡ ਦੇ ਸਰਪੰਚ ਅਤੇ ਬਲਾਕ ਸਾਮਤੀ ਮੈਂਬਰ ਰਹਿ ਚੁੱਕੇ ਸਨ। ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਗਈ ਅਤੇ ਹੁਕਮਨਾਮਾ ਸਾਹਿਬ ਲਿਆ ਗਿਆ। ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੇ ਜਥੇਦਾਰ ਰਜਿੰਦਰ ਸਿੰਘ ਮੁੰਡੀਆਂ ਨੂੰ ਸੇਜਲ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਦਰ ਸਿੰਘ ਜੀ, ਬਾਜਵਾ ਰੋਡ ਮਾਜਰਾ, ਸਰਦਾਰ ਮਨੀਤ ਸਿੰਘ ਜੀ, ਸਹਿਤ ਪ੍ਰਸਤ ਸਾਹਿਬ, ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ, ਜਥੇਦਾਰ ਗੁਰਮੀਤ ਸਿੰਘ ਜੀ ਮਕੜੌਣਾ ਸਾਹਿਬ, ਬਹੁਤ ਅੱਛਾ ਇਨਸਾਨ ਸੀਗਾ। ਕਿਆ ਖੂਬੀ ਸੋਨੇ ਵਿੱਚ ਕਰਨੀ ਹੈ ਨਾ, ਇੰਨਾ ਦ੍ਰਿਸ਼ ਆ, ਕੁਛ ਆਤਮਾ ਦੀ ਪ੍ਰਵਾਹ ਨਹੀਂ ਕਰੀ, ਕਿਸੇ ਬੰਦੇ ਦੀ ਪ੍ਰਵਾਹ ਨਹੀਂ ਕਰੀ, ਕਿਸੇ ਲੀਡਰ ਦੀ ਪ੍ਰਵਾਹ ਨਹੀਂ ਕਰੀ, ਜੋ ਉਹਦੇ ਮਨ ਵਿੱਚ ਸੋ ਕਰਨਾ ਸੀ ਇਹ ਸੀ।